लेटेस्ट अपडेट्स के लिए सब्सक्राइब करें नेशनल बस और साथ ही दबाएं बेल आइकन। कैप्टन साहब तुसी किसे गलत ख्वाब दे विच ना रहो, मुलाजम थातों अत दा दुखी है और मैं कहना चाहना भी थोड़े खिलाफ वोट पाएगा जे तुसी टीचर की ना सुनी, मुलाजमान नूं पे कमे ना दिता, चार किस्तां डीए दे ना दिता तां तुहाडा नुकसान हो जाना। जे तुसी सार नहीं लैनी फिर मौका यह आ जाना भी थोड़ी भी सार किसी ने लैनी नहीं हैगी। डीजल 4 रुपए तो जोड़ा पेट्रोल है वह 10 रुपए इस वे जोड़ा है महंगा मिल रहा है। मनप्रीत बादल जी हैं कैप्टन अमरिंदर जोड़ा ये मिसगाइड कर रहे हैं। मनप्रीत दबी बैठा 4 केसा डीए दियाँ, मनप्रीत बादल दोषी है, मैं ये कहना चाहना। इस तों अलावा चंडीगढ़ यूटी सबोर्डिनेट सर्विसिज फैडरेशन के प्रेजिडेंट रणजीत सिंह हंस ने पंजाब सरकार बारे होर की कहा, आओ सुनते हैं। मैं किसान यूनियन है जी, उन्होंने कहने डिबेट टीवी पर भी चलदी है कि पराली अग ना लाओ, पर उन्होंने ना कोई मशीनरी ना कोई गल ना बात। किसान जिन्होंने लीडर ने आप कहा है कि असी सानू मशीनरी दे दो, सानू कोई शौक नहीं अग लाने का है, भी तुसी ए सानू कोई सिस्टम बना के दोगे तो असी अग नहीं लावांगे, पर उन्होंने प्रबंध कोई करके नहीं दे रहे है। सो मैं कहना चाहना भी जे जिहड़े मनप्रीत बादल जी हैं, देखो ये अकाली सरकार दे विच भी वित्त मंत्री सीगे, मैनू इदां लगता भी यह कैप्टन अमरिंदर नूं जिहड़ा ये मिसगाइड कर रहे हैं। मुलाजमान का पे कमीशन ये दबी बैठे हैं, मुलाजमान दियां मैनू बड़ा सब तो बड़ा अफसोस, बड़ी घटना जिहड़ी इस वेले पंजाब दा जदों दा पे कमीशन पंजाब जदों दा बणिया जॉइंट पंजाब हरियाणे तो अलग होया उदों तो पे कमीशन जिहड़े बणे हैं ਉਹ ਕਦੇ ਵੀ ਇਦਾਂ ਦਾ ਹਾਲਾਤ ਨਹੀਂ ਬਣੇ ਜਿੱਦਾਂ ਦੇ ਅੱਜ ਹਾਲਾਤ ਬਣੇ ਹੋਏ ਹੈ। 4 ਕਿਸ਼ਤਾਂ ਡੀਏ ਦੀਆਂ ਦੱਬੀ ਬੈਠੇ ਹੈ, ਮਨਪ੍ਰੀਤ ਦੱਬੀ ਬੈਠਾ 4 ਕਿਸ਼ਤਾਂ ਡੀਏ ਦੀਆਂ, ਮਨਪ੍ਰੀਤ ਬਾਦਲ ਦੋਸ਼ੀ ਹੈ, ਮੈਂ ਇਹ ਕਹਿਣਾ ਚਾਹੁੰਦਾ। ਕੈਪਟਨ ਅਮਰਿੰਦਰ ਜੀ ਨੇ ਕਿਹਾ ਸੀ ਕਿ ਜਿੱਦਣ ਮੇਰੀ ਸਰਕਾਰ ਜਿਹੜੀ ਆ ਗਈ ਮੈਂ ਉਸੇ ਦਿਨ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਪੇ ਕਮਿਸ਼ਨ ਲਾਗੂ ਕਰ ਦੂੰਗਾ। ਮੈਂ ਕੈਪਟਨ ਸਾਹਿਬ ਨੂੰ ਕਹਿਣਾ ਚਾਹੁੰਦਾ ਹਾਂ ਵੀ ਕੈਪਟਨ ਸਾਹਿਬ ਤੁਸੀਂ ਕਿਸੇ ਗਲਤ ਖੁਆਬ ਦੇ ਵਿੱਚ ਨਾ ਰਹਿਓ, ਲੋਕ ਸਭਾ ਦੀ ਚੋਣਾਂ ਆ ਰਹੀਆਂ, ਲੋਕਾਂ ਨੇ ਤੁਹਾਨੂੰ ਮੁਲਾਜ਼ਮ ਜਿਹੜਾ ਹੈਗਾ ਖਾਸ ਕਰਕੇ, ਮੈਂ ਇਹ ਗੱਲ ਜਿਹੜੀ ਤੁਹਾਡੀ ਗੱਲ ਸਹੀ ਆ ਉਹਨੂੰ ਸਹੀ ਕਹਾਂਗਾ, ਤੁਸੀਂ ਕੁਛ ਮੁਲਾਜ਼ਮ ਜਿਹੜੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਆ ਉਹਦਾ ਮੈਂ ਸਵਾਗਤ ਕਰਦਾ, ਬਾਕੀਆਂ ਦੇ ਵੀ ਕਰਨੇ ਚਾਹੀਦੇ ਆ। ਕਿਸਾਨ ਦੀ ਬਹੁਤ ਮਾੜੀ ਹਾਲਤ ਹੈ ਜਿਹੜੀ ਪੰਜਾਬ ਦੇ ਵਿੱਚ, ਪਰ ਮੈਂ ਕੈਪਟਨ ਸਾਹਿਬ ਤੁਹਾਨੂੰ ਬੇਨਤੀ ਕਰੂੰਗਾ ਕਿ ਇਕੱਲੇ ਇੱਕ ਕੈਟਾਗਰੀ ਨੂੰ ਖੁਸ਼ ਕਰਕੇ ਨਹੀਂ ਸਰ ਜਾਣਾ, ਪੰਜਾਬ ਦੀਆਂ ਆਲ ਕੈਟਾਗਰੀਆਂ ਖੁਸ਼ ਕਰਨੀਆਂ ਪੈਣਗੀਆਂ। ਮੁਲਾਜ਼ਮ ਥੋਤੋਂ ਅੱਤ ਦਾ ਦੁਖੀ ਹੈ, ਅੱਤ ਦਾ ਦੁਖੀ ਹੈ, ਔਰ ਮੈਂ ਕਹਿਣਾ ਚਾਹੁੰਦਾ ਵੀ ਤੁਹਾਡੇ ਖਿਲਾਫ਼ ਵੋਟ ਪਾਏਗਾ ਜੇ ਤੁਸੀਂ ਟੀਚਰਾਂ ਦੀ ਨਾ ਸੁਣੀ, ਮੁਲਾਜ਼ਮਾਂ ਨੂੰ ਪੇ ਕਿਵੇਂ ਨਾ ਦਿੱਤਾ, 4 ਕਿਸ਼ਤਾਂ ਡੀਏ ਦੀ ਨਾ ਦਿੱਤਾ ਤਾਂ ਤੁਹਾਡਾ ਨੁਕਸਾਨ ਹੋ ਜਾਣਾ, ਮੈਂ ਸਾਫ਼ ਕਹਿਣਾ ਚਾਹੁੰਦਾ। ਡੀਜ਼ਲ 4 ਰੁਪਏ ਅਤੇ ਜਿਹੜਾ ਪੈਟਰੋਲ ਹੈ ਉਹ 10 ਰੁਪਏ ਇਸ ਵੇਲੇ ਜਿਹੜਾ ਹੈਗਾ ਮਹਿੰਗਾ ਮਿਲ ਰਿਹਾ ਹੈ, ਇਹ ਕਿਉਂ ਨਹੀਂ ਕੈਪਟਨ ਸਾਹਿਬ ਫੈਸਲਾ ਰਹੇ? ਇਹਦੇ 'ਤੇ ਵੀ ਮੈਂ ਤਾਂ ਸਮਝੂੰਗਾ ਵੀ ਜਿਹੜਾ ਮਨਪ੍ਰੀਤ ਹੈਗਾ ਉਹ ਬਾਹਰ ਜਾ ਕੇ ਮੀਟਿੰਗਾਂ ਕਰਕੇ ਆਉਂਦਾ, ਉੱਥੇ ਵੀ ਮਿਸਗਾਈਡ ਕਰ ਰਿਹਾ ਹੈਗਾ, ਅਤੇ ਉੱਥੇ ਦੇ ਲੋਕ ਹੁਣ ਪੈਟਰੋਲ ਪੰਪਾਂ ਵਾਲੇ ਔਰ ਜਿਹੜੇ ਕਿਸਾਨ ਹੈ ਉਹ ਸਾਰੇ ਇਕੱਠੇ ਹੋ ਕੇ ਸਰਕਾਰ ਦੇ ਗਲ ਪੈਣਗੇ। ਅਸੀਂ ਵੀ ਮੁਲਾਜ਼ਮਾਂ ਮਨ ਮੈਂ ਅਸੀਂ ਜਿੱਥੇ ਅਸੀਂ ਯੂਟੀ ਫੈਡਰੇਸ਼ਨ ਨੂੰ ਚਲਾ ਰਹੇ ਹਾਂ ਉੱਥੇ ਅਸੀਂ ਜਿਹੜੀ ਯੂਟੀ ਪੰਜਾਬ ਦੀ ਐਕਸ਼ਨ ਕਮੇਟੀ ਹੈ ਜਾਂ ਸਾਂਝਾ ਮੁਲਾਜ਼ਮ ਮੰਚ ਹੈ ਉਹਨਾਂ ਦਾ ਵੀ ਪੂਰਾ ਸਮਰਥਨ ਕਰਦੇ ਹਾਂ। ਅਸੀਂ ਯੂਟੀ ਦੀ ਫੈਡਰੇਸ਼ਨ ਉਹਨਾਂ ਨੂੰ ਡਟ ਕੇ ਪੰਜਾਬ ਸਰਕਾਰ ਦੇ ਵੀ ਖਿਲਾਫ਼ ਵੀ ਜਿਹੜਾ ਡਟ ਕੇ ਲੜਾਂਗੇ। ਟੀਚਰਾਂ ਬੈਠੀਆਂ ਕਹਿੰਦੇ ਬੇਟੀ ਬਚਾਓ ਬੇਟੀ ਪੜ੍ਹਾਓ, ਬੇਟੀਆਂ ਬੈਠੀਆਂ ਉੱਥੇ ਮਰਨ ਵਰਤੇ ਉੱਦਾਂ ਗੱਲਾਂ ਬੜੀਆਂ ਮਾਰਦੇ ਹੈਗੇ ਆ, ਔਰ ਦੂਜੇ ਜਿਹੜੇ ਟੀਚਰ ਬੈਠੇ ਆ ਉਹਨਾਂ ਨੇ ਕਿਸੇ ਨੇ ਸਾਰ ਨਹੀਂ ਲਈ। ਜੇ ਤੁਸੀਂ ਸਾਰ ਨਹੀਂ ਲੈਣੀ ਫਿਰ ਮੌਕਾ ਇਹ ਆ ਜਾਣਾ ਵੀ ਤੁਹਾਡੀ ਵੀ ਸਾਰ ਕਿਸੇ ਨੇ ਲੈਣੀ ਨਹੀਂ ਹੈਗੀ। ਇਸ ਕਰਕੇ ਮੌਕਾ ਅਮਰਿੰਦਰ ਜੀ ਮਹਾਰਾਜਾ ਸਾਹਿਬ ਸੰਭਲ ਜਾਓ, ਜੋ ਪੈਟਰੋਲ ਦੀ ਗੱਲ ਜੋ ਮੁਲਾਜ਼ਮ ਪੇ ਕਮਿਸ਼ਨ ਦੀ ਗੱਲ ਇਹਨਾਂ ਨੂੰ ਹੱਲ ਕਰੋ, ਤਦ ਇੱਥੇ ਸ਼ਾਂਤੀ ਹੋਣੀ ਹੈ, ਤਦ ਤੁਹਾਨੂੰ ਜਿਹੜੀ ਲੋਕ ਸਭਾ ਦੇ ਵਿੱਚ ਦਮਕ ਜੇ ਤੁਸੀਂ ਮਾਰ ਰਹੇ ਹੋ ਵੀ 13 ਦੀਆਂ 13 ਇੱਦਾਂ ਨਹੀਂ ਮਿਲਣੀਆਂ ਜਿਵੇਂ ਤੁਸੀਂ 13 ਦੀਆਂ 13 ਚਾਹੁੰਦੇ ਹੈਗੇ। ਨੈਸ਼ਨਲ ਬਸ ਪਰ ਲੇਟੈਸਟ ਨਿਊਜ਼ ਔਰ ਐਂਟਰਟੇਨਮੈਂਟ ਵੀਡੀਓਜ਼ ਦੇਖਣੇ ਕੇ ਲਿਏ ਸਬਸਕ੍ਰਾਈਬ ਕਰੇਂ, ਲਾਈਕ ਕਰੇਂ, ਕਮੈਂਟ ਕਰੇਂ ਔਰ ਸ਼ੇਅਰ ਕਰੇਂ। ਥੈਂਕਸ ਫਾਰ ਵਾਚਿੰਗ।